ਕਰੰਟ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਨੌਜਵਾਨ ਦੀ ਮੌਤ ਜੋ ਹੈ ਆਪਣੇ ਜਿਗਰੀ ਦੋਸਤ ਦੇ ਘਰ ਹੋਈ ਹੈ। ਦਰਅਸਲ ਇਹ ਮੁੰਡਾ ਆਪਣੇ ਇੱਕ ਜਿਗਰੀ ਦੋਸਤ ਦੇ ਘਰ ਉਸਨੂੰ ਮਿਲਣ ਦੇ ਲਈ ਗਿਆ ਸੀ, ਪਰ ਅਚਾਨਕ ਹੀ ਜਦੋਂ ਉਹਨਾਂ ਦੀ ਲਾਈਟ ਖਰਾਬ ਹੋ ਜਾਂਦੀ ਹੈ ਤਾਂ ਇਸ ਮੁੰਡੇ ਦੇ ਵੱਲੋਂ ਉਸ ਲਾਈਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਹਾ ਜਾ ਰਿਹਾ ਕਿ ਅਚਾਨਕ ਹੀ ਉਸਦੇ ਵਿੱਚੋਂ ਜ਼ੋਰਦਾਰ ਝਟਕਾ ਲੱਗਦਾ ਹੈ ਕਰੰਟ ਦਾ, ਜਿਸ ਦੇ ਕਾਰਨ ਇਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਖਬਰ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਹੀ ਹੈ। ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਅਤੇ ਗਿਆਨਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਨੌਜਵਾਨ ਕੋਰਾ ਸਿੰਘ ਆਪਣੇ ਜਿਗਰੀ ਦੋਸਤ ਦੇ ਪਿੰਡ ਗਾਟਵਾਲੀ ਵਿਖੇ ਮਿਲਣ ਲਈ ਆਇਆ ਸੀ ਤਾਂ ਅਚਾਨਕ ਲਾਈਟ ਖਰਾਬ ਹੋਣ ਕਾਰਨ ਉਹ ਲਾਈਟ ਠੀਕ ਕਰਨ ਲੱਗਾ ਤਾਂ ਉਸਨੂੰ ਕਰੰਟ ਲੱਗ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਬੇਸ਼ੱਕ ਜਿਗਰੀ ਦੋਸਤ ਨੇ ਤੁਰੰਤ ਉਸਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੋਵੇਂ ਪਿੰਡਾਂ ਦੇ ਵਿੱਚ ਨੌਜਵਾਨ ਦੀ ਮੌਤ ਸੁਣ ਕੇ ਸੋਗ ਦਾ ਮਾਤਮ ਛਾਇਆ ਹੋਇਆ। ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਪਿਆਂ ਸਮੇਤ ਦੋ ਛੋਟੇ ਛੋਟੇ ਬੱਚਿਆਂ ਨੂੰ ਰੋਂਦਾ ਹੋਇਆ ਛੱਡ ਗਿਆ। ਇਸ ਸੰਬੰਧੀ ਗਾਟਵਾਲੀ ਦੇ ਸਮਾਜ ਸੇਵੀ ਆਗੂ ਹਰਪਾਲ ਸਿੰਘ ਨੇ ਘਟਨਾ ਸੰਬੰਧੀ ਦੱਸਦਿਆਂ ਕਿਹਾ ਕਿ ਦੋਵਾਂ ਪਿੰਡਾਂ ਦੇ ਵਿੱਚ ਸੋਗ ਦਾ ਮਾਤਮ ਛਾਇਆ ਹੋਇਆ ਅਤੇ ਇਸ ਦੌਰਾਨ ਉਹਨਾਂ ਨੇ ਪ੍ਰਸ਼ਾਸਨ ਦੇ ਕੋਲ ਵੀ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਗੁਹਾਰ ਲਗਾਈ ਹੈ। ਜੋ ਕਿ ਆਪਣੇ ਦੋਸਤ ਨੇ ਕੁਲਦੀਪ ਸਿੰਘ ਪੁੱਤਰ ਰੇਸ਼ਮਪਾਲ ਸਿੰਘ ਦੇ ਘਰੇ ਉਹਨੂੰ ਮਿਲਣ ਆਇਆ ਹੋਇਆ ਸੀ ਅਤੇ ਉੱਥੇ ਤਾਰ ਜਿਹੜੀ ਬਿਜਲੀ ਵਾਲੀ ਤਾਰ ਸੀ ਉਹਨੂੰ ਠੀਕ ਕਰ ਰਿਹਾ ਸੀ ਅਤੇ ਅਚਨਚੇਤੀ ਉਹਦੇ ਕਰੰਟ ਲੱਗ ਗਿਆ ਅਤੇ ਜਿਹਦੇ ਨਾਲ ਉਸ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਬਹੁਤ ਹੀ ਮੰਦਭਾਗੀ ਘਟਨਾ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਇਹ ਨੌਜਵਾਨ ਸੀਗਾ ਗੋਰਾ ਸਿੰਘ ਗਿਆਨਾ ਪਿੰਡ ਦਾ ਸੰਬੰਧ ਸੀ, ਉਮਰ ਇਹਦੀ 34 ਸਾਲ ਹੈਗੀ, ਇਹ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ, ਬਜ਼ੁਰਗ ਬਾਪ ਅਤੇ 3 ਬੱਚੇ, 2 ਛੋਟੀਆਂ ਬੱਚੀਆਂ ਅਤੇ 1 ਬੇਟਾ ਛੱਡ ਗਿਆ ਅਤੇ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਵੀ ਇਸ ਦੇ ਪਰਿਵਾਰ ਦੀ ਜੋ ਵੀ ਕੋਈ ਮਾਲੀ ਜਾਂ ਜੋ ਸਹਾਇਤਾ ਹੈਗੀ ਉਹ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਪਰਿਵਾਰ ਨੂੰ ਕੋਈ ਸਹਾਰਾ ਮਿਲ ਸਕੇ। ਕਰੰਟ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਨੌਜਵਾਨ ਦੀ ਮੌਤ ਜੋ ਹੈ ਆਪਣੇ ਜਿਗਰੀ ਦੋਸਤ ਦੇ ਘਰ ਹੋਈ ਹੈ। ਦਰਅਸਲ ਇਹ ਮੁੰਡਾ ਆਪਣੇ ਇੱਕ ਜਿਗਰੀ ਦੋਸਤ ਦੇ ਘਰ ਉਸਨੂੰ ਮਿਲਣ ਦੇ ਲਈ ਗਿਆ ਸੀ, ਪਰ ਅਚਾਨਕ ਹੀ ਜਦੋਂ ਉਹਨਾਂ ਦੀ ਲਾਈਟ ਖਰਾਬ ਹੋ ਜਾਂਦੀ ਹੈ ਤਾਂ ਇਸ ਮੁੰਡੇ ਦੇ ਵੱਲੋਂ ਉਸ ਲਾਈਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕਿਹਾ ਜਾ ਰਿਹਾ ਕਿ ਅਚਾਨਕ ਹੀ ਉਸਦੇ ਵਿੱਚੋਂ ਜ਼ੋਰਦਾਰ ਝਟਕਾ ਲੱਗਦਾ ਕਰੰਟ ਦਾ, ਜਿਸ ਦੇ ਕਾਰਨ ਇਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਖਬਰ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਹੀ ਹੈ। ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਅਤੇ ਗਿਆਨਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਨੌਜਵਾਨ ਕੋਰਾ ਸਿੰਘ ਆਪਣੇ ਜਿਗਰੀ ਦੋਸਤ ਦੇ ਪਿੰਡ ਗਾਟਵਾਲੀ ਵਿਖੇ ਮਿਲਣ ਲਈ ਆਇਆ ਸੀ ਤਾਂ ਅਚਾਨਕ ਲਾਈਟ ਖਰਾਬ ਹੋਣ ਕਾਰਨ ਉਹ ਲਾਈਟ ਠੀਕ ਕਰਨ ਲੱਗਾ ਤਾਂ ਉਸਨੂੰ ਕਰੰਟ ਲੱਗ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਬੇਸ਼ੱਕ ਜਿਗਰੀ ਦੋਸਤ ਨੇ ਤੁਰੰਤ ਉਸਨੂੰ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੋਵੇਂ ਪਿੰਡਾਂ ਦੇ ਵਿੱਚ ਨੌਜਵਾਨ ਦੀ ਮੌਤ ਸੁਣ ਕੇ ਸੋਗ ਦਾ ਮਾਤਮ ਛਾਇਆ ਹੋਇਆ। ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਪਿਆਂ ਸਮੇਤ ਦੋ ਛੋਟੇ ਛੋਟੇ ਬੱਚਿਆਂ ਨੂੰ ਰੋਂਦਾ ਹੋਇਆ ਛੱਡ ਗਿਆ। ਇਸ ਸੰਬੰਧੀ ਗਾਟਵਾਲੀ ਦੇ ਸਮਾਜ ਸੇਵੀ ਆਗੂ ਹਰਪਾਲ ਸਿੰਘ ਨੇ ਘਟਨਾ ਸੰਬੰਧੀ ਦੱਸਦਿਆਂ ਕਿਹਾ ਕਿ ਦੋਵਾਂ ਪਿੰਡਾਂ ਦੇ ਵਿੱਚ ਸੋਗ ਦਾ ਮਾਤਮ ਛਾਇਆ ਹੋਇਆ ਅਤੇ ਇਸ ਦੌਰਾਨ ਉਹਨਾਂ ਨੇ ਪ੍ਰਸ਼ਾਸਨ ਦੇ ਕੋਲ ਵੀ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਗੁਹਾਰ ਲਗਾਈ ਹੈ। ਜੋ ਕਿ ਆਪਣੇ ਦੋਸਤ ਨੇ ਕੁਲਦੀਪ ਸਿੰਘ ਪੁੱਤਰ ਰੇਸ਼ਮਪਾਲ ਸਿੰਘ ਦੇ ਘਰੇ ਉਹਨੂੰ ਮਿਲਣ ਆਇਆ ਹੋਇਆ ਸੀ ਅਤੇ ਉੱਥੇ ਤਾਰ ਜਿਹੜੀ ਬਿਜਲੀ ਵਾਲੀ ਤਾਰ ਸੀ ਉਹਨੂੰ ਠੀਕ ਕਰ ਰਿਹਾ ਸੀ ਅਤੇ ਅਚਨਚੇਤੀ ਉਹਦੇ ਕਰੰਟ ਲੱਗ ਗਿਆ ਅਤੇ ਜਿਹਦੇ ਨਾਲ ਉਸ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਬਹੁਤ ਹੀ ਮੰਦਭਾਗੀ ਘਟਨਾ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਇਹ ਨੌਜਵਾਨ ਸੀਗਾ ਗੋਰਾ ਸਿੰਘ ਗਿਆਨਾ ਪਿੰਡ ਦਾ ਸੰਬੰਧ ਸੀ, ਉਮਰ ਇਹਦੀ 34 ਸਾਲ ਹੈਗੀ, ਇਹ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ, ਬਜ਼ੁਰਗ ਬਾਪ
ਅਤੇ ਤਿੰਨ ਬੱਚੇ, ਦੋ ਛੋਟੀਆਂ ਛੋਟੀਆਂ ਬੱਚੀਆਂ ਅਤੇ ਇੱਕ ਬੇਟਾ ਛੱਡ ਗਿਆ। ਅਤੇ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਵੀ ਇਸ ਦੇ ਪਰਿਵਾਰ ਦੀ ਜੋ ਵੀ ਕੋਈ ਮਾਲੀ ਜਾਂ ਜੋ ਸਹਾਇਤਾ ਹੈਗੀ ਉਹ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਪਰਿਵਾਰ ਨੂੰ ਕੋਈ ਸਹਾਰਾ ਮਿਲ ਸਕੇ।